मन तंदुरुस्त तन भी तंदुरुस्त। गंदगी खाण तो हट जाइए, बीमारियां ही नहीं होणगीਆਂ। समुची मानवता ਲਈ तंदुरुस्त रहो, हसदे रहो, वसदे रहो ते खेड़े वंडो। पछमी सभ्यता विच 18 ਵਰਿਆਂ ਤੋਂ ਬਾਅਦ ਉਹ ਬੱਚੇ ਨੂੰ ਘਰ ਨਹੀਂ ਰੱਖਦੇ, ਤੋਰ ਦਿੰਦੇ ਨੇ ਕਿ ਹੁਣ ਤੂੰ ਆਪਣਾ ਕਰ, ਕਿਉਂਕਿ ਮੈਂ ਵੀ ਆਪਣੇ ਘਰੋਂ ਇੰਜ ਹੀ ਨਿਕਲਿਆ ਸੀ। ਅੱਗੋਂ ਇੰਜੀਨੀਅਰ ਨੂੰ ਇੰਜੀਨੀਅਰ ਚਾਹੀਦਾ, ਬਿਜ਼ਨਸਮੈਨ ਨੂੰ ਬਿਜ਼ਨਸਮੈਨ, ਅੱਗੋਂ ਪੁੱਤਰ ਚਾਹੀਦਾ ਕਿ ਅਸੀਂ ਉਹਨਾਂ ਤੇ ਇੱਕ ਸ਼ਿਕੰਜਾ ਕੱਸ ਲਿਆ। ਪੂਰਾ ਪਿੰਡ ਹੀ ਕੋਈ ਕਦ ਘਰ ਛੱਡ ਕੇ ਸਾਰਿਆਂ ਦੇ ਹੀ ਬੱਚੇ ਬਾਹਰ ਨੇ। ਬਿਲਕੁਲ ਬਿਲਕੁਲ, ਇੱਕ ਇੱਕ ਪਰਿਵਾਰ ਚੋਂ ਇਹ ਦੋ ਦੋ ਬੱਚੇ ਬਾਹਰ ਚਲੇ ਗਏ। ਛੋਟੀ ਉਮਰੇ ਬੱਚਾ ਤੋਰਿਆ, ਪਰ ਅਸੀਂ ਪੱਛਮੀ ਸੱਭਿਅਤਾ ਦਾ ਉਹ ਹਿੱਸਾ ਨਹੀਂ ਅਪਣਾਇਆ ਜੋ ਉਹ ਬੱਚਿਆਂ ਨੂੰ ਤੋਰ ਕੇ ਅਪਣਾਉਂਦੇ ਨੇ। ਮੈਂ ਵੇਖੇ ਨੇ ਆਪਣੇ ਤੋਂ ਛੋਟੇ ਮੇਰੇ ਸਟੂਡੈਂਟਸ ਤੱਕ ਮਰੀਜ਼ ਵੇਖਦਿਆਂ ਰਾਤ 11 ਵਜੇ ਮਰ ਗਏ, ਪਰ ਉਹ ਜ਼ਿੰਦਗੀ ਨਹੀਂ ਜੀ ਸਕੇ। ਸਭ ਕੁਝ ਕਰਨ ਬਾਅਦ ਵੀ ਸਾਡੀ ਤਾਂ ਸਭ ਤੋਂ ਵੱਡੀ ਬਿਮਾਰੀ ਹੈ ਕਿ ਦੂਜੇ ਦੇ ਨਾਲ ਕੰਪੇਅਰ ਕਰਕੇ ਅਸੀਂ ਬਿਮਾਰ ਹੋ ਰਹੇ ਹਾਂ। ਹਾਂਜੀ, ਇਹ ਘਟਾਉਣ ਦੀ ਲੋੜ। आप ही कमाना, खाना, मर जाना, एक मैं एक जानवर वांग ही जी सकना है। वो भी अपने बच्चे पाल के छड़ देंदे ने, मैं भी पाल के छड़ते कि मैं जानवर हां। तुसी अपनियां ओह हॉबीज जो तुसी करना चाहंदे सी, शौक पूरा करना चाहंदे, पर कर नहीं सकदे। समां दे बहुत समां दिता करो। साडे मुल्क विच ए एम्प्टी नेस्ट सिंड्रोम जो पहला बाहर ਵਾਲਿਆਂ ਨੇ ਲੰਘਾ ਲਿਆ 50 ਸਾਲ 100 ਸਾਲ ਪਹਿਲਾਂ ਉਹ ਕਰਦੇ ਸਨ, ਹੁਣ ਨਹੀਂ ਹਨ। ਹੁਣ ਨਹੀਂ ਹੈ ਤਾਂ ਅਸੀਂ ਵੀ ਟਪਾ ਲਈਏ ਇਸ ਨੂੰ। ਸਤਿ ਸ਼੍ਰੀ ਅਕਾਲ ਜੀ, ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਬਹੁਤ ਹੀ ਖਾਸ ਹਫਤਾਵਰੀ ਪ੍ਰੋਗਰਾਮ ਖਾਲਸ ਖਾਣਾ ਦੇ ਵਿੱਚ। ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ ਤੇ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਹਰਸ਼ਿੰਦਰ ਕੌਰ ਜੋ ਸਾਡੇ ਪ੍ਰੋਗਰਾਮ ਦੇ ਖਾਸ ਮਹਿਮਾਨ ਨੇ, ਇਕਲੌਤੇ ਮਹਿਮਾਨ ਨੇ, ਬੱਚਿਆਂ ਦੇ ਰੋਗਾਂ ਦੇ ਮਾਹਿਰ ਨੇ, ਰਜਿੰਦਰਾ ਹਸਪਤਾਲ ਪਟਿਆਲਾ ਡਿਊਟੀ ਦਿੰਦੇ ਨੇ ਤੇ ਨਾਲ ਹੀ ਉਹ ਹਰਸ਼ ਚੈਰੀਟੇਬਲ ਟਰਸਟ ਦੇ ਰਾਹੀਂ ਬੱਚੀਆਂ ਨੇ ਜਿਹੜੀਆਂ ਪੰਜਾਬ ਦੀਆਂ ਲੋੜਵੰਦ ਬੱਚੀਆਂ ਉਹਨਾਂ ਦਾ ਵੀ ਸਾਂਭ ਸੰਭਾਲ ਕਰਦੇ ਨੇ, ਉਹਨਾਂ ਦੀ ਸਿੱਖਿਆ ਸਿਹਤ ਦਾ ਜ਼ਿੰਮਾ ਚੁੱਕਿਆ ਹੋਇਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਖਾਸ ਤਰ੍ਹਾਂ ਦੇ ਡਿਪਰੈਸ਼ਨ ਦੀ ਗੱਲ ਕਰਾਂਗੇ। ਉਹ ਕਿਹੜਾ ਡਿਪਰੈਸ਼ਨ ਹੈ ਡਾਕਟਰ ਸਾਹਿਬ ਵੀ ਸਾਨੂੰ ਦੱਸਣਗੇ। ਜੁੜ ਚੁੱਕੇ ਨੇ ਡਾਕਟਰ ਹਰਸ਼ਿੰਦਰ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਖਾਸ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਇਹ ਰਾਦਰ ਅਸੀਂ ਮੇਰਾ ਖਿਆਲ ਹੈ ਡਿਪਰੈਸ਼ਨ ਨਾ ਕਹੀਏ ਤਾਂ ਕਹੀਏ ਜੀਵਨ ਦਾ ਵਰਤਾਰਾ ਜੀ ਕੁਝ ਵੱਖ ਕਿਉਂ ਬਣ ਰਿਹਾ ਜੇ ਹੌਲੀ ਹੌਲੀ। ਜੋ ਅਸੀਂ ਪਹਿਲਾਂ ਆਮ ਤੌਰ ਤੇ ਵੇਖਿਆ ਜਾਂਦਾ ਕਿ ਅਸੀਂ ਜੋ ਵਿਕਸਿਤ ਮੁਲਕਾਂ ਨੂੰ ਫੋਲੋ ਕਰਦੇ ਹਾਂ ਕਿ ਜੋ ਉਹ ਕਰ ਰਹੇ ਨੇ ਉਸੇ ਤਰ੍ਹਾਂ ਅਸੀਂ ਆਪਣੇ ਸਾਂਝੇ ਟੱਬਰ ਮੁਕਾਏ। ਬਿਲਕੁਲ ਉਂਝ ਹੀ ਅਸੀਂ ਆਪਣੀ ਜ਼ਿੰਦਗੀ ਦੀ ਰਫ਼ਤਾਰ ਵੱਖ ਕਰ ਦਿੱਤੀ। ਜਿਵੇਂ ਉਹਨਾਂ ਨੇ ਸਿਰਫ ਆਪਣੀ ਜ਼ਿੰਦਗੀ ਨੂੰ ਅਹਿਮੀਅਤ ਦੇਣੀ ਹੁੰਦੀ ਹੈ, ਬੱਚੇ ਵੀ ਕੱਢ ਦਿੰਦੇ ਨੇ ਛੇਤੀ, ਮਾਪਿਆਂ ਤੋਂ ਵੀ ਪਰਾਂ ਹੁੰਦੇ ਨੇ, ਉਸੇ ਤਰ੍ਹਾਂ ਹੀ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਇੱਕ ਰੇਸ ਵਿੱਚ ਸ਼ਾਮਲ ਕਰ ਲਿਆ ਕਿ ਅਸੀਂ ਅਗਾਂਹ ਤੇ ਹੋਰ ਅਗਾਂਹ ਜਾਣਾ। ਜੀ ਜੀ, ਉਹਦੇ ਵਿੱਚ ਜੋ ਉਹਨਾਂ ਮੁਲਕਾਂ ਵਿੱਚ ਜਿਵੇਂ ਉਹਨਾਂ ਨੇ ਬਣਾ ਦਿੱਤੇ ਗ੍ਰੈਂਡਫਾਦਰਸ ਡੇ, ਮਦਰਸ ਡੇ, ਫਾਦਰਸ ਡੇ, ਅਸੀਂ ਝਟਪਟ ਅਪਣਾ ਲਏ। ਬਿਲਕੁਲ, ਬੜਾ ਮਜ਼ਾ ਆਉਂਦਾ ਕਿ ਆਹ ਦਿਨ ਮਨਾਉਣੇ ਨੇ ਜੋ ਕਿ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਸਨ। ਜੀ ਜੀ, ਉਸ ਦੌੜ ਵਿੱਚ ਅਸੀਂ ਇੱਕ ਉਹ ਪੱਖ ਇੰਨੀ ਛੇਤੀ ਅਪਣਾ ਲਿਆ ਜਿਸ ਦੇ ਬਾਰੇ ਸਾਨੂੰ ਬਹੁਤਾ ਕੁਛ ਅਜੇ ਸਮਝ ਉਹਦੇ ਬਾਰੇ ਨਹੀਂ ਸੀ। ਇਹੀ ਕਾਰਨ ਹੈ ਕਿ ਅੱਜ ਭਾਰੀ ਗਿਣਤੀ ਸਾਡੇ ਪਹਿਲਾਂ ਜੋ ਬਜ਼ੁਰਗਾਂ ਨੂੰ ਅਸੀਂ ਵੱਖ ਕਹਿੰਦੇ ਹੁੰਦੇ ਸਾਂ, ਅੱਜ ਅਸੀਂ ਉਹ 45 ਵਰਿਆਂ ਦੀ ਉਮਰ ਤੇ ਹੀ ਵੇਖ ਰਹੇ ਹਾਂ ਕਿ ਐਮਪਟੀ ਨੈਸਟ ਸਿੰਡਰੋਮ, ਇੱਕ ਖਾਲੀ ਆਲਣੇ ਵਾਲਾ ਜੋ ਖਾਲੀਪਣ ਦਿਸਣ ਲੱਗ ਗਿਆ, ਉਹਦੀ ਸਾਨੂੰ ਸਮਝ ਅਜੇ ਨਹੀਂ ਆਈ। ਪਰ ਸਾਡੇ ਨੌਜਵਾਨ ਇਸ ਉਮਰ ਵਾਲੇ ਕਿਵੇਂ ਬਿਮਾਰੀਆਂ, ਦਿਲ ਦੇ ਰੋਗ, ਉਹਦੇ ਨਾਲੋਂ ਨਾਲ ਕਿਹੜੇ ਕਿਹੜੇ ਮਾਨਸਿਕ ਰੋਗ ਸਮੇਟ ਲੈਂਦੇ ਨੇ ਉਹਦੇ ਬਾਰੇ ਥੋੜਾ ਜਿਹਾ ਜ਼ਿਕਰ ਕਰਦੇ ਹਾਂ। ਜੀ ਜੀ ਡਾਕਟਰ ਸਾਹਿਬ, ਬਹੁਤ ਹੀ ਅਹਿਮ ਵਿਸ਼ਾ। ਮੈਨੂੰ ਲੱਗਦਾ ਹੈ ਕਿ ਅੱਜ ਕੱਲ ਖਾਲੀਪਣ ਦਾ ਹਰ ਵਰਗ ਸ਼ਿਕਾਰ ਹੋਇਆ ਪਿਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਮੈਂ ਤਾਂ ਹੈਰਾਨ ਰਹਿ ਜਾਂਦੀ ਹਾਂ ਕਿ ਬੱਚੇ ਵੀ ਜਦੋਂ ਇਹ ਬੋਲਦੇ ਮੈਂ ਸੁਣੇ ਦੇਖੇ ਨੇ ਕਿ ਮੈਨੂੰ ਬਹੁਤ ਹੀ ਖਾਲੀਪਣ ਮਹਿਸੂਸ ਹੋ ਰਿਹਾ, ਮੈਂ ਇੱਥੇ ਜਾਣਾ ਚਾਹੁੰਦਾ ਜਾਂ ਮੈਂ ਇਹ ਕਰਨਾ ਚਾਹੁੰਦੀ ਹਾਂ। ਸੋ ਬਹੁਤ ਹੀ ਗੰਭੀਰ ਤੇ ਇੰਪੋਰਟੈਂਟ ਵਿਸ਼ਾ, ਸੋ ਜ਼ਰੂਰ ਆਪਾਂ ਇਹ ਤੇ ਗੱਲਬਾਤ ਕਰੀਏ। ਜੀ, ਉਹਦੇ ਵਿੱਚ ਅਸਲ 'ਚ ਹੁੰਦਾ ਇਹ ਹੈ, ਤੁਸੀਂ ਜੋ ਵੈਸਟਰਨ ਮਾਹੌਲ ਦੇਖਦੇ ਹੋ जी ਪੱਛਮੀ ਸਭਿਅਤਾ ਵਿੱਚ 18 ਵਰਿਆਂ ਤੋਂ ਬਾਅਦ ਉਹ ਬੱਚੇ ਨੂੰ ਘਰ ਨਹੀਂ ਰੱਖਦੇ। ਉਹਨੂੰ ਤੋਰ ਦਿੰਦੇ ਨੇ ਕਿ ਹੁਣ ਤੂੰ ਆਪਣਾ ਕਰ, ਕਿਉਂਕਿ ਮੈਂ ਵੀ ਆਪਣੇ ਘਰੋਂ ਇੰਜ ਹੀ ਨਿਕਲਿਆ ਸੀ। ਤੇ ਇੱਕ ਅਹਿਮ ਨੁਕਤਾ ਹੁੰਦਾ ਹੈ ਕਿ ਉਹ ਆਪਣੀ ਸਾਰੀ ਜਾਇਦਾਦ ਮੇਰੇ ਨਾਮ ਲੇਵੇ ਵਜੋਂ ਨਹੀਂ ਤੋਰੀ ਰੱਖਦੇ। ਉਹ ਨਾਮ ਲੇਵੇ ਵੱਲ ਕੋਈ ਉਹਨਾਂ ਨੂੰ ਫਰਕ ਨਹੀਂ ਪੈਂਦਾ, ਕੁੜੀ ਹੈ ਜਾਂ ਮੁੰਡਾ ਹੈ, ਤੁਸੀਂ ਨਿਕਲਣਾ ਹੀ ਹੈ। ਤੇ ਉਹ ਆਪਣੀ, ਤੁਸੀਂ ਵੇਖੇ ਹੋਏਗੇ ਅਣਗਿਣਤ ਨੇ, ਔਰ ਬੱਚੇ ਵੀ ਉੱਥੇ ਜਾਣਾ ਚਾਹੁੰਦੇ ਹੁੰਦੇ ਨੇ, ਸ਼ਾਇਦ ਉਹਨਾਂ ਨੇ ਇੱਕ ਕਲਚਰ ਨੂੰ ਅਪਣਾਇਆ ਹੋਇਆ। ਬਿਲਕੁਲ। ਤੇ ਖਰਬਾਂ ਕਮਾ ਕੇ ਉਹ ਸਾਰਾ ਦਾਨ ਦੇ ਜਾਂਦੇ ਨੇ ਕਿ ਮੈਂ ਹੁਣ ਜਾਣਾ, ਮੈਂ ਆਪਣੀ ਜ਼ਿੰਦਗੀ ਜੀ ਲਈ, ਹੁਣ ਅਗਲਾ ਜਿਹੜਾ ਕੋਈ ਲੋੜਵੰਦ ਹੈ ਉਹ ਵੀ ਜ਼ਿੰਦਗੀ ਜੀ ਸਕੇ। ਜੀ ਜੀ। ਹੁਣ ਸਾਡੀ ਸੋਚ, ਅਸੀਂ ਬਾਕੀ ਸਭ ਕੁਛ ਅਪਣਾ ਲਿਆ, ਅਸੀਂ ਨਾਮ ਲੇਵਾ ਤਾਂ ਛੱਡਿਆ ਨੀ। ਅੱਜ ਤੱਕ ਤਾਂ ਧੀਆਂ ਮਾਰਦੇ ਪਏ ਆ, ਸਾਨੂੰ ਨਾਮ ਲੇਵਾ, ਸਾਡਾ ਬਿਜ਼ਨਸ, ਸਾਡਾ ਅਗਾਂਹ ਤੁਰੇ। ਯਾਨੀ ਡਾਕਟਰ ਨੂੰ ਡਾਕਟਰ ਚਾਹੀਦਾ, ਅੱਗੋਂ ਇੰਜੀਨੀਅਰ ਨੂੰ ਇੰਜੀਨੀਅਰ ਚਾਹੀਦਾ, ਬਿਜ਼ਨਸਮੈਨ ਨੂੰ ਬਿਜ਼ਨਸਮੈਨ, ਅੱਗੋਂ ਪੁੱਤਰ ਚਾਹੀਦਾ। ਕਿ ਅਸੀਂ ਉਹਨਾਂ ਤੇ ਇੱਕ ਸ਼ਿਕੰਜਾ ਕੱਸ ਲਿਆ ਕਿ ਸਾਡਾ, ਤੁਸੀਂ ਅੱਗੇ ਤੋਰਨਾ ਕਾਰੋਬਾਰ ਤਾਂ ਤੁਸੀਂ ਇਹੀ ਬਣਨਾ, ਭਾਵੇਂ ਤੁਸੀਂ ਮੰਨੋ ਭਾਵੇਂ ਨਾ ਮੰਨੋ। ਮੈਂ ਬਹੁਤ ਆਪਣੀਆਂ ਕਲਾਸਾਂ ਵਿੱਚ ਕੁਝ ਵੱਖ ਤਰ੍ਹਾਂ ਦੀ ਇੱਕ ਗੱਲ ਕਰਦੀ ਹਾਂ, ਤੁਹਾਡੇ ਨਾਲ ਸਾਂਝੀ ਕਰਾਂ। ਜੀ ਜੀ। ਜਦੋਂ ਸਟੂਡੈਂਟਸ ਨੂੰ ਪੜ੍ਹਾਉਂਦੀ ਹਾਂ ਜਿਹੜੇ ਡਾਕਟਰੀ ਕਰ ਰਹੇ ਨੇ, ਸਿਰਫ ਸਬਜੈਕਟ ਤੱਕ ਮੈਂ ਕਦੇ ਸੀਮਤ ਨਹੀਂ ਰਹੀ। ਵੱਖੋ ਵੱਖ ਚੀਜ਼ਾਂ ਵੱਲੋਂ ਉਹਨਾਂ ਨੂੰ ਗਿਆਨ ਨਾਲ ਜ਼ਰੂਰ ਅਖੀਰੀ 5 ਮਿੰਟ ਦੇ ਕੇ ਆਉਂਦੀ ਹੁੰਦੀ ਆ, ਜਿਵੇਂ ਭਰੂਣ ਹੱਤਿਆ ਹੋ ਗਿਆ ਜਾਂ ਮੁਫ਼ਤਖੋਰੀ ਦੇ ਕੀ ਮਾੜੇ ਜਾਂ ਚੰਗੇ ਅਸਰ ਨੇ। ਫਿਰ ਇੰਝ ਹੀ ਮੈਂ ਇੱਕ ਵਾਰ ਪੁੱਛ ਲਿਆ, ਤੁਹਾਡੇ ਚੋਂ ਕਿੰਨੇ ਨੇ ਜਿਹੜੇ ਆਪਣੀ ਮਰਜ਼ੀ ਨਾਲ ਡਾਕਟਰ ਬਣ ਰਹੇ ਨੇ, ਜਾਂ ਕਿਹਨਾਂ ਨੂੰ ਪਿਓ ਨੇ ਧੱਕਿਆ ਜਾਂ ਮਾਂ ਨੇ ਧੱਕਿਆ। ਮੈਨੂੰ ਹੈਰਾਨੀ ਹੋਈ ਕਿ 26-27% ਸਾਨੂੰ ਪੂਰੀ ਕਲਾਸ ਵਿੱਚੋਂ ਜਿਨ੍ਹਾਂ ਨੇ ਲਿਖਤੀ ਰੂਪ ਵਿੱਚ ਮੇਰੇ ਕੋਲ ਮੰਨਿਆ ਕਿ ਉਹ ਡਾਕਟਰ ਨਹੀਂ ਸਨ ਬਣਨਾ ਚਾਹੁੰਦੇ, ਜਬਰੀ ਕਿਸੇ ਦੀ ਮਾਂ ਜਾਂ ਕਿਸੇ ਦੇ ਪਿਓ ਨੇ ਉਹਨਾਂ ਨੂੰ ਇਸ ਪਾਸੇ ਵੱਲ ਧੱਕਿਆ ਸੀ। ਬਿਲਕੁਲ। ਕਹਿਣ ਦਾ ਭਾਵੇਂ ਕਿ ਅਸੀਂ ਉਹਨਾਂ ਨੂੰ, ਬੱਚਿਆਂ ਨੂੰ ਇਸ ਸ਼ਿਕੰਜੇ ਚ ਕੱਸ ਕੇ ਪਾਲਦੇ ਹਾਂ। ਤੇ ਫਿਰ ਜਦੋਂ ਹੁਣ ਦਾ ਰੁਝਾਨ ਇੱਕਦਮ ਸ਼ੁਰੂ ਹੋਇਆ ਕਿ ਭਾਰੀ ਗਿਣਤੀ ਸਾਡੇ ਬੱਚੇ ਬਾਹਰ ਜਾਣੇ ਸ਼ੁਰੂ ਹੋਏ, ਕਿਉਂਕਿ ਪੰਜਾਬੋਂ ਬਾਹਰ ਜਾ ਕੇ ਉਹਨਾਂ ਨੂੰ ਆਪਣਾ ਭਵਿੱਖ ਦਿਸਦਾ ਸੀ। ਅਸੀਂ ਪੜ੍ਹ ਲਏ, ਬਹੁਤ ਅੱਗੇ ਲੰਘ ਗਏ, ਹੁਣ ਅਸੀਂ ਅਗਲਾ ਜਿਹੜਾ ਪੜ੍ਹਨ ਜਾਣਾ ਉਹ ਅਸੀਂ ਜਾਣਾ ਜਾਂ ਤਾਂ ਆਸਟ੍ਰੇਲੀਆ ਜਾਵਾਂਗੇ ਜਾਂ ਇੰਗਲੈਂਡ ਜਾਵਾਂਗੇ ਜਾਂ ਕੈਨੇਡਾ ਜਾਂ ਅਮਰੀਕਾ ਜਾਂ ਜਿੱਧਰ ਵੀ ਉਡਾਰੀ ਮਾਰਨ ਨੂੰ ਤਿਆਰ। ਬਿਲਕੁਲ। ਉਹਦਾ ਮਤਲਬ ਇਹ ਹੋਇਆ ਕਿ ਜੋ ਚੀਜ਼ ਅੱਗੇ 10ਵੀਂ ਜਮਾਤ ਤੋਂ ਬਾਅਦ ਅਜੇ ਕਾਲਜ ਕਰਨਾ, ਯਾਨੀ ਉਹ ਇੰਨਾ ਸਮਾਂ ਹੁੰਦਾ ਸੀ ਕਿ ਮਾਪੇ ਉਹਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰੀ ਜਾਂਦੇ ਸਨ, ਉਹਨਾਂ ਦੇ ਆਪਣੇ ਕੰਮ ਹੁੰਦੇ ਸਨ। ਹੁਣ ਇੱਕਦਮ ਇਹ ਭਾਰੀ ਗਿਣਤੀ ਉਡਾਰੀ, ਜਿਸ ਵਿੱਚ ਪਿੰਡਾਂ ਦੇ ਪਿੰਡ, ਮੈਂ ਆਪ ਹੀ ਦੇਖ ਕੇ ਆਈ ਹਾਂ ਜਦੋਂ ਲੈਕਚਰ ਦੇਣ ਜਾਈਦਾ, ਨੇ ਲੋਕ ਕਿ ਸਾਡੇ ਪੂਰਾ ਪੂਰਾ ਪਿੰਡ ਹੀ, ਕੋਈ ਕਦ ਘਰ ਛੱਡ ਕੇ ਸਾਰਿਆਂ ਦੇ ਹੀ ਬੱਚੇ ਬਾਹਰ ਨੇ। ਬਿਲਕੁਲ ਬਿਲਕੁਲ। ਇੱਕ ਇੱਕ ਪਰਿਵਾਰ ਚੋਂ 2-2 ਬੱਚੇ ਬਾਹਰ ਚਲੇ ਗਏ ਹੁਣ ਤਾਂ। ਹੁਣ ਉਹ ਹੁੰਦਾ ਕੀ ਜੇ ਫਿਰ ਐਮਪਟੀ ਨੈਸਟ ਸਿੰਡਰੋਮ, ਕਿ ਜਿਹੜੇ ਹੁਣ 10ਵੀਂ ਤੱਕ, ਦੇਖੋ ਮਾਪੇ ਅਜੇ ਜਵਾਨ ਭਰ ਜਵਾਨੀ ਚ ਅਸੀਂ ਗਿਣ ਸਕਦੇ ਹਾਂ ਉਦੋਂ ਸੀ, ਕਿਉਂਕਿ ਉਦੋਂ ਉਹਨਾਂ ਨੂੰ ਹੁਣ ਇੱਕਦਮ ਕੋਈ ਕੰਮ ਨਾ ਕਰਨਾ, ਇੱਕ ਲੋਸ ਆਫ ਪਰਪਸ ਹੋ ਜਾਣਾ ਕਿ ਕੋਈ ਕੰਮ ਹੀ ਨਹੀਂ ਰਿਹਾ, ਹੁਣ ਕੀ ਕਰੀਏ। ਨਹੀਂ, ਜਿਹੜਾ ਸਵੇਰ ਤੋਂ ਸਭ ਤੋਂ ਪਹਿਲਾਂ ਇੱਕ ਉਹਨੂੰ ਉਠਾਉਣਾ, ਬੱਚੇ ਨੂੰ ਉਠੋਏ ਲੇਟ ਹੋ ਗਿਆ, ਉਹੀ ਬੜਾ ਮਜ਼ਾ ਆਉਂਦਾ ਸੀ ਮਾਪਿਆਂ ਨੂੰ ਵੀ ਅਸੀਂ ਜੀ ਕਿਸੇ ਉੱਤੇ ਧੌਂਸ ਜਮਾ ਸਕਦੇ ਹਾਂ। ਹਾਂਜੀ। ਲੋਸ ਆਫ ਪਰਪਸ ਵੀ, ਮੈਂ ਸਕੂਲ ਲੈ ਕੇ ਜਾਣਾ ਸੀ, ਸਕੂਲ ਲਿਆਉਣਾ ਸੀ, ਉਹਦੇ ਕੱਪੜੇ ਧੋਣ ਵਾਲੇ ਸੀ, ਉਹਦੇ ਪ੍ਰੈਸ ਕਰਨ ਵਾਲੇ ਸੀ, ਉਹਦਾ ਮੈਂ ਸਕੂਟੀ ਸਾਫ਼ ਕਰਨੀ ਸੀ, ਉਹਦਾ ਕੁਝ, ਯਾਨੀ ਇੰਨਾ ਕੰਮ ਸਡਨਲੀ ਖਤਮ। ਜੀ ਜੀ। ਦੂਸਰਾ ਹੁੰਦਾ ਜੇ ਇੱਕ ਹੈਲੀਕਾਪਟਰ ਪੇਰੈਂਟ, ਅਸੀਂ ਇਹਨੂੰ ਨਾਮ ਦਿੰਨੇ ਆ, ਕਿ ਉਸ ਬੱਚੇ ਤੇ ਨਾ ਸਿਰਫ ਅਸੀਂ ਇੱਥੇ ਸ਼ਿਕੰਜਾ ਕੱਸਿਆ, ਅਸੀਂ ਉਹਦੇ ਦੋਸਤਾਂ ਮਿੱਤਰਾਂ, ਉਹਨੇ ਬਾਹਰ ਜਾਣਾ ਤਾਂ ਜੀ ਉਹ ਉੱਥੇ ਗਿਆ, ਉਹਦੇ ਦੋਸਤਾਂ ਦੇ ਨੰਬਰ ਹੋਣੇ ਚਾਹੀਦੇ ਨੇ, ਕਿਸੇ ਉਹ ਕੁੜੀ ਨਾਲ ਤਾਂ ਨਹੀਂ ਫਿਰ ਰਿਹਾ, ਕਿਤੇ ਨਸ਼ਾ ਤਾਂ ਨਹੀਂ ਕਰ ਰਿਹਾ, ਜਾਂ ਜਿੱਥੇ ਬੈਠੇ ਨੇ ਪਾਰਟੀ ਤੇ ਮੈਂ ਉੱਥੇ ਜਾ ਕੇ ਬਾਹਰੋਂ ਦੀ ਗੇੜਾ ਲਾ ਕੇ ਆਊਂਗਾ ਵੀ ਹਾਂਜੀ ਬੈਠਾ ਹੀ ਸੀ, ਜਾਂ ਮੇਰੀ ਧੀ ਕਿਸੇ ਸਹੇਲੀ ਕਰ ਗਈ ਹੈ ਤਾਂ ਬਾਹਰ ਦੇਖ ਕੇ ਆਉਣਾ, ਉਹਦੀ ਸਕੂਟੀ ਉੱਥੇ ਖੜੀ ਹੈ ਨਾ, ਕਿਤੇ ਹੋਰ ਤਾਂ ਨਹੀਂ। ਯਾਨੀ ਇਸ ਤਰੀਕੇ ਦਾ ਅਸੀਂ ਓਵਰ ਇਨਵੋਲਵਮੈਂਟ ਜਿਹਨੂੰ ਕਹਿੰਦੇ ਆ, ਕਰਨ ਲੱਗ ਜਾਂਦੇ ਹਾਂ। ਬਿਲਕੁਲ ਬਿਲਕੁਲ। ਉਹਦੇ ਵਿੱਚ ਨਾਲੋਂ ਨਾਲ ਜਦੋਂ ਇੱਕਦਮ ਇਹ ਚੀਜ਼ਾਂ ਖਾਲੀ ਹੁੰਦੀਆਂ ਵੀ ਮੈਂ ਹੁਣ ਕਰਾਂ ਕੀ, ਮੈਨੂੰ ਕਿਸੇ ਤੇ ਧੌਂਸ ਜਮਾਉਣ ਲਈ ਕੋਈ ਹੈ ਹੀ ਨਹੀਂ, ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ, ਉਹਦੇ ਵਿੱਚ ਇੱਕ ਤੁਹਾਨੂੰ ਅਲੱਗ ਕਿਸਮ ਦੀ ਇਮੋਸ਼ਨਲ ਡਿਸਟ੍ਰੈਸ ਹੋਣ ਲੱਗ ਪੈਂਦੀ ਹੈ, ਜਿਹਦੇ ਵਿੱਚ ਅਸੀਂ ਇਹ ਵੇਖਣ ਲੱਗ ਜਾਂਦੇ ਮੇਰੇ ਤੇ ਸਮਾਂ ਹੀ ਕਿਉਂ ਆਇਆ। ਮੈਂ ਇਹ ਸ਼ਾਇਦ ਨਾ ਕਰਦਾ ਤਾਂ ਮੈਂ ਅੱਜ ਦਾ ਨਾ ਦੇਖਣਾ ਪੈਂਦਾ, ਮੈਂ ਇਸ ਥਾਂ ਤੇ ਅਸੀਂ ਗਏ, ਮੈਂ ਜਾ ਹੀ ਨਹੀਂ ਸਕਿਆ, ਫਲਾਣੇ ਦੇ ਬੱਚੇ ਸਾਰੇ ਘੁੰਮ ਆਏ, ਮੈਂ ਗਿਆ ਹੀ ਨਹੀਂ, ਮੈਂ ਤਾਂ ਕੰਮ ਹੀ ਕਰਦਾ ਰਹਿ ਗਿਆ। बच्चे भी तुर गए, यानी वह एक अजीब तरह का अपने अंदर अपने आप नूं ही कोसना कि आ मैं जिंदगी तो इंजॉय ही नहीं की, बच्चे तो तुर ही गए, मैं तो रुझेव्या च ही रुझिया रहा। फिर उसके बाद शुरू हुंदा जे एक ਵੱਖਰੀ किस्म का एंगजाइटी डिसऑर्डर, जिहदे विच वो देखते ने कि अच्छा फलाने मुल्क विच इन्ने बच्चे इस तरह रह गए जिन्हां नूं कोई काम नहीं मिलिया, इस तरह बड़े औखे ने, कुछ निकलना चाहते ने, फलाने का कतल हो गया, उत्थे एक्सीडेंट च मर गया, उसकी बॉडी नहीं वापस आ सकी जी। इन्ना क माड़ा असर उन्हां ते पांदे ने जिन्हां दा एक एक बच्चा है वो भी बाहर है, उन्हां दी रातां दी नींदां उठ जांदियां ने। बिल्कुल। हुण उहदे नाल एक होर जो अहम नुकता हुंदा जे कि ये दो पति पत्नी जिन्हां ने विआह दे शुरू विच ही बच्चा जम लिया ते उस तो बाद जिउं रुझेव्यां विच बन्ने वो अपने दोवें जे काम कार वाले ने दोनों कम्मां च निकले, वापस नहीं आए, इस तरीके दे कम्मां च उलझे। जदों हुण वेल मिली तां ओह एक दूजे बारे जिहड़ियां नेगेटिव चीज़ां हुंदियां ने ना ओह दिसण लगदियां ने। हां जी भी अच्छा तेरे कोल इन्ने साल हो गए तेरे नाल रहिंदियां, मैं 20 साल खराब करते, अजे तू खिजी जाना, कदों बदलेगा, बिल्कुल इसे तरह ओह ना तू कदे हटना ही है, सारी उम्र हो गई मापियां वाली शिकायतां लई जानी, कदे इत्थे भी निभाएगी। यानी ये मैं एग्जाम्पल दे रही हूँ कि इस तरीके की खिचो तान जो शुरू होंदी जे ये मैरिटल स्ट्रैस जिहदे विच तुसीं अगे बच्चियां कारण तुहानूं ये समय नहीं सी मिले। हाँ जी। रादर दैन कि हुण दी जिंदगी इंजॉय करो, ये सारियां चीज़ां सानूं छेती मौत दे मूँह वल धक्क रहियां ने, जिहदा सानूं अंदाजा भी नहीं कि साडा जी 40 वरियां दा एक बंदा क्यों मर गया एकदम सडनली जी। मैं तो जी सारी उम्र देखो कसरत कर, ये कर, वो कर, मैं तो कदे भी कुछ माड़ा भी नहीं खाया, मैनू ही हार्ट अटैक क्यों आया, मैनू ही दिल दे रोग क्यों लगे, मैनू ही क्यों शक्कर रोग हो गया, मैनू ही क्यों कैंसर हो गया। ये सारिया जो एंगजाइटी स्ट्रैस रिलेटेड जो साडे ये बीमारियां जो छोटी उम्रे सानू दिसन लग पईयां, ये कारण इहदे नाल जुड़िया कि असीं छोटी उम्रे बच्चा तोरिया पर असीं पच्छमी सभ्यता दा ओह हिस्सा नहीं अपनाया जो वो बच्चियां नूं तोड़ के अपनाउंदे ने। मिसाल हुण तुसी देखो कि उन्होंने क्या बच्चे गए 18 ते असी जी पूरे वर्ल्ड टूर ते निकल गए। हाँ जी। सो उन्होंने पता है कि भाई जे मैं इन्ने समय विच जे मैं एक होर 1 लाख कमा लवांगा तो पर उस तो बाद मैं जिंदगी अपनी 6 महीने छोटी कर लवांगा, तो कोई ना मैं 1 महीना 1 लाख ना कमा के मैं अपना घूम फिर के सारे ओही लख सगो ला के ते जेड़े मैनूं फालतू दे 6 साल जिंदगी दे मिल जाने ने इहदे तो कई गुणा वध कमा लवांगा। बिल्कुल। यही इन्ना क नुकता सानू समझ नहीं आउंदा जिस पिछे खिमा करियो मैं अपने ही पेशे विच तुहानूं लियानी आ, जिथे मैं वेखे ने अपने तो छोटे मेरे स्टूडेंट्स तक मरीज वेखदियां रात 11 बजे मर गए पर वो जिंदगी नहीं जी सके कि मैं इस समय कुछ होर कमा लवां, इस समय मैं कुछ होर लै लवां। बहुत ने जिहड़े कदे अपना जिथे शहर च जम्मे पले उत्थे ही विआहे गए ते फिर मुड़ के कदे उस शहर तो बाहर निकले ही नहीं कि मैं इत्थे कमाना है ते फिर मैं इत्थे ही मर जाना। इस तरह की जिंदगी जिहदे विच अगों मैं देखे ने कईयां दे बच्चे यही डॉक्टरां दे जो इसे तरह ही मर गए जिन्हां दे बच्चियां नूं अथाह पैसा मिलिया छोटी उम्रे, जिन्हां ने सगों उस प्रैक्टिस नूं छड्ड के समझ लिया कि इस तरीके दा असीं नहीं मरना ते इह पैसा इकट्ठा भी नहीं करना, असीं इहनूं इंजॉय करदे हां, लाइफ जिंदगी जीने हां। सो उन्हां नूं वड्डियां कारां खरीद, इंजॉय कर, इस तरह की जिंदगी जींदियां भी देखिया, यानी कुछ ਵਿਗਾੜ वाले पासे भी पए। हाँ जी। सो बेहतर है जे हुण तुसीं इजाजत दिओ तां आपां क्योंकि जो वो वैसटर्न जड़ियां चीज़ां ने जे सारियां नवी अपना सकदे होइए तां बहुत कुछ ने। बिल्कुल। जिवें तुसीं हुणे गल कीती सी कि साडा जिहड़ा साडी एक सोच है कि मेरे नाल ही क्यों हुंदा, इह मैनूं लगदा सब तो वध खतरनाक है। गुरबाणी दे विच वी लिखिआ कि हरेक घर दे विच जदों उच्चे चढ़ के असीं देखदे हां कि हरेक घर दे विच कोई ना कोई समस्या है पर असीं अपने ते ज़्यादा लैंदे हां, अपने आप नूं विक्टिमाइज़ करदे हां कि मेरे नाल इह हो रिहा, होर किसे नाल तां हो नहीं रिहा। पर इह है कि असीं रौला ज़्यादा पाउणे, हो सब नाल रिहा हुंदा है, ਹਰੇਕ ਨੂੰ ਕਿਸੇ ਨਾ ਕਿਸੇ ਪੱਧਰ ਦੀ ਸਮੱਸਿਆ ਹੁੰਦੀ ਹੈ ਤੇ ਉਹ ਅਸੀਂ ਆਪਣੇ ਆਪ ਹੀ ਇੱਕ ਮਤਲਬ ਇੱਕ ਟਰਾਮਾ ਜਿਹਾ ਕ੍ਰੀਏਟ ਕਰ ਲੈਂਦੇ ਆ। ਇਹ ਮੈਨੂੰ ਲੱਗਦਾ ਸਭ ਤੋਂ ਵੱਡੀ ਸਮੱਸਿਆ ਹੈ, ਸਮੱਸਿਆਵਾਂ ਦੀ ਜੜ। ਬਿਲਕੁਲ। ਸਭ ਕੁਝ ਕਰਨ ਬਾਅਦ ਵੀ ਸਾਡੀ ਤਾਂ ਸਭ ਤੋਂ ਵੱਡੀ ਬਿਮਾਰੀ ਹੈ ਕਿ ਦੂਜੇ ਦੇ ਨਾਲ ਕੰਪੇਅਰ ਕਰਕੇ ਅਸੀਂ ਬਿਮਾਰ ਹੋ ਰਹੇ ਹਾਂ। हाँ जी ਇਹ ਘਟਾਉਣ ਦੀ ਲੋੜ ਹੈ। ਤੇ ਡਾਕਟਰ ਸਾਹਿਬ ਫਿਰ ਕੀ ਹੁਣੇ ਤੁਸੀਂ ਦੱਸਣ ਲੱਗੇ ਸੀਗੇ ਕਿ ਕੀ ਹੱਲ ਨੇ, ਕੀ ਕਰਨਾ ਚਾਹੀਦਾ ਇਸ ਚੀਜ਼ ਤੋਂ ਬਚਣ ਦੇ ਲਈ? ਬਿਲਕੁਲ। ਸੋ ਮੈਂ ਨਹੀਂ ਕਹਿ ਰਹੀ ਕਿ ਸਾਰੀਆਂ ਸਕਰਟ ਪਾ ਕੇ ਬਾਹਰ ਨਿਕਲਣ ਲੱਗ ਜਾਣ ਜਾਂ ਸਾਰੇ ਹੀ ਬੰਦੇ ਆਪਣਾ ਹਾਕੀ ਚੁੱਕਣ ਤੇ ਬਾਹਰ ਖੇਡਣ ਤੁਰ ਜਾਣ, ਯਾਨੀ ਬਹੁਤ ਕੁਝ ਹੋਰ ਵੀ ਜੇ ਜਿਹਦੇ ਨਾਲ ਅਸੀਂ ਅਹਿਮ ਕੁਝ ਚੀਜ਼ਾਂ ਜੇ ਕਰਨ ਲੱਗ ਜਾਈਏ ਜੋ ਕਿ ਸਾਡੀ ਸਭਿਅਤਾ ਦੇ ਵਿੱਚ ਵੀ ਨੇ ਤੇ ਸਾਨੂੰ ਆਰਾਮ ਨਾਲ ਅਸੀਂ ਕਰ ਵੀ ਸਕਾਂਗੇ। ਮਿਸਾਲ ਵਜੋਂ ਜੀ ਸਭ ਤੋਂ ਪਹਿਲਾਂ ਇੱਕ ਚੀਜ਼ ਧਿਆਨ ਚ ਰੱਖਣ ਦੀ ਲੋੜ ਹੈ, ਮੇਰਾ ਜੀਵਨ ਕਿਉਂ ਹੈ? ਵੀ ਮੈਂ ਆਪ ਹੀ ਕਮਾਣਾ ਖਾਣਾ ਮਰ ਜਾਣਾ, ਇੱਕ ਮੈਂ ਇੱਕ ਜਾਨਵਰ ਵਾਂਗ ਹੀ ਜੀ ਸਕ ਰਿਹਾ ਜਾਂ ਮੈਂ ਉਹ ਵੀ ਆਪਣੇ ਬੱਚੇ ਪਾਲ ਕੇ ਛੱਡ ਦਿੰਦੇ ਨੇ ਮੈਂ ਵੀ ਪਾਲ ਕੇ ਛੱਡ ਤੇ, ਕਿ ਮੈਂ ਜਾਨਵਰ ਹਾਂ ਜਾਂ ਇਨਸਾਨ ਹਾਂ? ਯਾਨੀ ਜੇ ਇਨਸਾਨ ਹਾਂ ਤਾਂ ਮੇਰਾ ਰੋਲ ਕੀ ਹੈ? ਬਹੁਤ ਅਹਿਮ ਜੇ ਇੰਨੀ ਕੁ ਗੱਲ ਸਮਝ ਲਓ, ਸਿਰਫ ਇੱਕ ਗੱਲ, ਇੱਕ ਨੁਕਤਾ, ਕਿੰਨਾ ਹੀ ਸਿਵੀਅਰ ਡਿਪਰੈਸ਼ਨ ਚ ਕੋਈ ਵੀ ਪਿਆ ਹੋਵੇ, ਸਿਰਫ ਇਹ ਇੱਕ ਨੁਕਤਾ ਅੱਜ ਕੱਲ ਦੇ ਚੋਟੀ ਦੇ ਮਨੋਵਿਗਿਆਨੀ ਦੱਸਦੇ ਨੇ, ਆਪਣੀ ਜ਼ਿੰਦਗੀ ਦਾ ਮਕਸਦ ਲੱਭੋ ਕਿ ਮੈਂ ਕਿਉਂ ਜ਼ਿੰਦਾ। ਮੇਰਾ ਮਤਲਬ ਹੈ ਮੈਂ ਕੁਝ ਕਰਨ ਆਇਆ ਸੀ, ਕੀ ਕਰਨਾ ਚਾਹ ਸਕਦਾ ਜਾਂ ਮੈਂ ਕੀ ਕਰ ਸਕਦਾ ਮੈਂ ਉਹ ਕਰਾਂ। ਉਹਦੇ ਵਿੱਚ ਸਭ ਤੋਂ ਅਹਿਮ ਜੇ ਮੈਂ ਇਸ ਸਮਾਜ ਦਾ ਹਿੱਸਾ, ਮੈਨੂੰ ਆਹ ਵੀ ਗੰਦਾ ਲੱਗਦਾ, ਆਹ ਵੀ ਮਾੜਾ ਲੱਗਦਾ, ਉਹ ਵੀ ਨੀ ਠੀਕ ਲੱਗਦਾ, ਤਾਂ ਭਾਈ ਫਿਰ ਮੈਂ ਇਹਨੂੰ ਠੀਕ ਕਰਨ ਲਈ ਕੀ ਕਰ ਸਕਦਾ ਜੀ। ਸੋ ਇਹ ਜੇ ਇੰਨਾ ਕੁ ਸਿਰਫ ਇੱਥੇ ਹੀ ਮੁੱਕ ਜਾਂਦੀ ਸਾਰੀ ਗੱਲ, ਵੀ ਜੇ ਅਸੀਂ ਉਹ ਲੱਭ ਲਈਏ ਕਿ ਮੈਂ ਆਪਣੀ ਜ਼ਿੰਦਗੀ ਨੂੰ ਮਕਸਦ ਕੀ ਦੇਣਾ, ਮੈਂ ਜੀ ਆਹ ਗਰੀਬ ਨੂੰ ਪੜ੍ਹਾਉਣਾ, ਆਹ ਜੀ ਲੰਡਰ ਮੈਨੂੰ ਚੰਗੇ ਨਹੀਂ ਲੱਗਦੇ ਫਿਰਦੇ ਤੇ ਮੈਂ ਇਹਨਾਂ ਨੂੰ ਕਿਸੇ ਆਰੇ ਲਾਣਾ, ਕਿਸੇ ਕੰਮ ਲਾਣਾ, ਕੋਈ ਪੇਂਟਿੰਗ ਸਿਖਾਉਣੀ, ਇਹਨਾਂ ਨੂੰ ਮੈਂ ਕੋਈ ਸਪੋਰਟ ਸਿਖਾ ਦੇਣੀ ਹੈ ਜੀ। ਉਹ ਜਿਹੜੀ ਤੁਹਾਨੂੰ ਚੰਗੀ ਨਹੀਂ ਲੱਗ ਰਹੀ ਚੀਜ਼ ਉਸ ਤੇ ਕਿੰਤੂ ਪਰੰਤੂ ਜਾਂ ਉਹਨੂੰ ਉਹਦੀਆਂ ਊਣਤਾਈਆਂ ਕੱਢਣ ਨਾਲੋਂ ਆਓ ਮੈਂ ਇੱਕ ਪੋਜ਼ਿਟਿਵ ਔਰਾ, ਯਾਨੀ ਮੈਂ ਆਪਣੇ ਚੁਫੇਰੇ ਇੱਕ ਸਕਾਰਾਤਮਕ ਊਰਜਾ ਪੈਦਾ ਕਰ ਲਵਾਂ ਜੀ। ਹੱਸੋਗੇ ਤੁਸੀਂ ਜੇ ਮੈਂ ਦੱਸਾਂ, ਰੀਕਨੈਕਟ ਵਿਦ ਯੂਰ ਪਾਰਟਨਰ, ਅਸੀਂ ਇਹ ਬਹੁਤ ਅਹਿਮ ਜੇ, ਯਾਨੀ ਤੁਹਾਡੇ ਆਪਣਾ ਹੀ ਸਾਥੀ ਜੀ। ਵੇਖੋ ਬੜੀ ਕਿਸਮਤਾਂ ਵਾਲੇ ਨੇ ਜਿਹੜੇ ਕੋਈ 25 ਸਾਲ, ਕੋਈ 30 ਸਾਲ, ਕੋਈ 50 ਸਾਲ ਤੱਕ ਲੰਘ ਜਾਣ। ਇੰਨੀ ਸਾਰੇ ਜਿਹੜੇ ਇੰਨੇ ਸੁਭਾਗੇ ਨਹੀਂ ਹੁੰਦੇ, ਕਿਸੇ ਨਾ ਕਿਸੇ ਦਾ ਕਿਸੇ ਬਿਮਾਰੀ ਨਾਲ ਜਾਂ ਕਿਸੇ ਕਾਰਨ ਸਾਥੀ ਛੁੱਟ ਜਾਵੇ ਤਾਂ ਉਹ ਕੋਈ ਵੀ ਦਿਨ ਹੋ ਸਕਦਾ ਜੇ, ਕਿਸੇ ਵੀ ਦਿਨ ਵਾਪਰ ਸਕਦਾ ਜੇ ਜੀ। ਸੋ ਆਪਾਂ ਇੰਨੇ ਵਰੇ ਕਿ ਹੁਣ ਬੱਚਾ 10ਵੀਂ ਪਾਸ ਕਰਕੇ ਤੋਰ ਲਿਆ, ਇੰਨੇ ਵਰੇ ਅਸੀਂ ਆਪੋ ਵਿੱਚ ਲੜ ਪਿੜ ਲਏ, ਸਭ ਕੁਛ ਉੱਚੀ ਨੀਵੀਂ ਗੱਲ ਵੀ ਹੋਈ, ਕਦੇ ਕੋਸ਼ਿਸ਼ ਕੀਤੀ ਕਿ ਇਸ ਬੰਦੇ ਵਿੱਚ ਜਾਂ ਇਸ ਔਰਤ ਵਿੱਚ ਇੱਕ ਪੋਜ਼ਿਟਿਵ ਚੀਜ਼ ਕੀ ਹੈ? ਦੇਖੋ ਹੁਣ ਤਾਂ ਤੁਸੀਂ ਮੇਰੇ ਚ ਕੱਢਣ ਲੱਗੋ, ਮੈਂ ਤੁਹਾਡੇ ਚ, ਆਪਾਂ ਇੱਕ ਸਾਲ ਕੱਢੀ ਜਾਵਾਂਗੇ, ਕੋਈ ਅੰਤ ਨਹੀਂ, ਕੋਈ ਅੰਤ ਨਹੀਂ। ਪਰ ਕੀ ਅਸੀਂ ਕੁਛ ਪੋਜ਼ਿਟਿਵ ਗੱਲ ਕੱਢ ਸਕਦੇ ਹਾਂ? ਮੈਂ ਕਵਾਂ ਬਈ ਮੈਨੂੰ ਹਰਸ਼ਰਨ ਤੁਹਾਡਾ ਪਹਿਰਾਵਾ ਬਹੁਤਾ ਹੀ ਸੋਹਣਾ ਲੱਗਦਾ, ਹਰਸ਼ਰਨ ਤੁਹਾਡੀ ਆਵਾਜ਼ ਕਿਆ ਟੁਣਕਦੀ, ਮਜ਼ਾ ਹੀ ਆ ਜਾਂਦਾ। ਯਾਨੀ ਇੰਨਾ ਕੁ ਕਹਿਣ ਨਾਲ ਮੈਨੂੰ ਉਮੀਦ ਹੈ ਜਦੋਂ ਮੈਂ ਬੋਲੀ ਤੁਹਾਨੂੰ ਆਪਣੇ ਅੰਦਰ ਰਤਾ ਕਿ ਕੁਝ ਹਿਲਦਾ ਜਿਹਾ ਮਹਿਸੂਸ ਹੋਇਆ। ਬਿਲਕੁਲ ਇੰਝ ਹੀ ਆਪਣੇ ਸਾਥੀ, ਜੀਵਨ ਸਾਥੀ ਦੀ ਕੋਈ ਇੱਕ ਚੰਗੀ ਗੱਲ ਕੱਢ ਕੇ, ਹਾਏ ਤੁਸੀਂ ਅੱਜ ਇਸ ਰੰਗ ਚ ਕਿੰਨੇ ਪਿਆਰੇ ਲੱਗ ਰਹੇ ਹੋ, ਯਾਨੀ ਇੰਨਾ ਕੀ ਕਹਿਣਾ ਦੂਸਰੇ ਦੇ ਅੰਦਰ ਇੱਕ ਗੁਦਗੁਦੀ ਜੀ ਪੈਦਾ ਕਰ ਦਿੰਦਾ, ਜੋ ਤੁਹਾਡੇ ਪ੍ਰਤੀ ਉਹਦੀ ਖਿੱਚ ਜੀ ਹੁੰਦੀ ਉਹ ਵੀ ਤੁਹਾਡੇ ਵਿੱਚੋਂ ਕੁੱਝ ਪੋਜ਼ਿਟਿਵ ਲੱਭਣ ਲੱਗ ਜਾਂਦਾ ਜੀ। ਇੰਨਾ ਸਮਾਂ ਹੋ ਗਿਆ ਮੈਂ ਵੇਖਿਆ ਹੀ ਨਹੀਂ, ਕਮਾਲ ਤੇਰੇ ਹੱਥ ਕਿੰਨੇ ਖੂਬਸੂਰਤ ਨੇ, ਇਹ ਵੀ ਇੰਨਾ ਹੀ ਕਹਿਣਾ ਕਿਸੇ ਔਰਤ ਨੂੰ ਉਹਦੇ ਆਪਣੇ ਹੀ ਪਤੀ ਵੱਲੋਂ ਉਹ ਸਾਰਾ ਦਿਨ ਫੁੱਲੀ ਨਹੀਂ ਸਮਾਏਗੀ। ਸੋ ਇਸ ਤਰ੍ਹਾਂ ਦੀ ਸਭ ਤੋਂ ਵੱਡੀ ਚੀਜ਼ ਉਹਨਾਂ ਦੇ ਬਣਾਏ ਖਾਣੇ ਦੀ ਤਾਰੀਫ ਕਰਨਾ। ਮੈਂ ਦੇਖਿਆ ਕਿ ਕਈ ਥਾਵਾਂ ਤੇ ਵਿਚਾਰੀਆਂ ਬੀਬੀਆਂ ਪੁੱਛਦੀਆਂ ਰਹਿੰਦੀਆਂ ਕਿਵੇਂ ਬਣਿਆ, ਤੇ ਬੰਦੇ ਕਹਿੰਦੇ ਨੇ ਠੀਕ ਹੈ ਜਿਵੇਂ ਦਾ ਹੈਗਾ, ਰੋਜ਼ ਬਣਦਾ ਉਦਾਂ ਦਾ ਹੀ ਹੈ। ਸੋ ਇਹ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੁੰਦਾ ਕਿ ਜੇ ਚੰਗਾ ਬਣਿਆ ਤਾਂ ਤਾਰੀਫ ਕਰ ਦੋ, ਕੀ ਘਟ ਜੂਗਾ। ਬਿਲਕੁਲ ਅਸੀਂ ਟੇਕਨ ਫॉर ਗ੍ਰਾਂਟਿਡ ਕੁਝ ਰਿਸ਼ਤੇ ਲੈ ਲੈਂਦੇ ਆ ਜਦੋਂ ਤੁਰ ਜਾਂਦੇ ਨੇ, ਫਿਰ ਸਮਝ ਆਉਂਦੀ ਹੈ। ਇਸੇ ਤਰ੍ਹਾਂ ਮਾਪਿਆਂ ਨੂੰ ਵੀ ਅਸੀਂ ਟੇਕਨ ਫॉर ਗ੍ਰਾਂਟਿਡ ਲੈ ਲੈਂਦੇ ਆ, ਜਦੋਂ ਚਲੇ ਜਾਣ ਫਿਰ ਉਹ ਖਲਾ ਭਰਦਾ ਨਹੀਂ। ਬਿਲਕੁਲ। ਸੋ ਇਹਨੂੰ ਅਸੀਂ ਰੀਕਨੈਕਟ ਕਹਿੰਦੇ ਆ ਕਿ ਤੁਸੀਂ ਦੁਬਾਰਾ ਉਹੀ ਮਾਹੌਲ ਚ ਆਓ ਜੋ ਤੁਸੀਂ ਵਿਆਹ ਤੋਂ ਬਾਅਦ ਤੁਸੀਂ ਜੀਵਿਆ ਸੀ ਸਮਾਂ, ਬਿਲਕੁਲ ਉਹ ਹੁਣ ਤੁਹਾਡੇ ਕੋਲ, ਕਿਉਂਕਿ ਤੁਸੀਂ ਇਕੱਲੇ ਹੋ, ਫਿਰ ਉਹੀ ਮਾਹੌਲ ਜੇ ਉਸੇ ਤਰ੍ਹਾਂ ਦੀ ਜ਼ਿੰਦਗੀ ਦੁਬਾਰਾ ਜਿਓ। ਫਿਰ ਤੁਸੀਂ ਇੱਕ ਆਪਣੇ ਆਪ ਅੰਦਰ, ਜਿਵੇਂ ਮੈਂ ਦੱਸਿਆ ਸੀ, ਝਾਤ ਮਾਰ ਕੇ ਕਿਹੜੀਆਂ ਚੀਜ਼ਾਂ ਮੈਂ ਕਰਨੀਆਂ ਚਾਹੁੰਦਾ ਸੀ ਜਾਂ ਚਾਹੁੰਦੀ ਸੀ ਜੋ ਨਹੀਂ ਕਰ ਸਕੀ। ਮੈਂ ਗਿਟਾਰ ਵਜਾਉਣੀ ਸੀ, ਸਿਤਾਰ ਵਜਾਉਣਾ ਸੀ, ਮੈਂ ਬੈਡਮਿੰਟਨ ਖੇਡਣਾ ਸੀ, ਮੈਨੂੰ ਤਾਂ ਬਹੁਤ ਕੁਛ ਪੇਂਟਿੰਗ ਦਾ ਰਹਿ ਗਿਆ। ਸੋ ਤੁਸੀਂ ਆਪਣੀਆਂ ਉਹ ਹੌਬੀਜ਼ ਜੋ ਤੁਸੀਂ ਕਰਨਾ ਚਾਹੁੰਦੇ ਸੀ, ਸ਼ੌਕ ਪੂਰਾ ਕਰਨਾ ਚਾਹੁੰਦੇ, ਉਹ ਹੁਣ ਸਮਾਂ ਜੇ ਬਹੁਤ ਸਮਾਂ ਦਿੱਤਾ, ਉਹ ਕਰੋ। क्योंकि ये समझना पਊਗਾ पेरेंट्स ਨੂੰ ਕਿ ਬੱਚਿਆਂ ਦੀ ਵੀ अपनी लाइफ है, उन्होंने अपनी लाइफ 'ਚ बिजी हो जाना। ਤੁਸੀਂ इस सोच ਦੇ ਵਿੱਚ ਸਮਾਂ नहीं ਲੰਘਾ ਸਕਦੇ ਸਾਰੀ उम्र कि हाँ जी मैं बच्चे ਨਾਲ ਇਦਾਂ ਕਰਦੀ, उस तो ਪਹਿਲਾਂ ਵਾਲੀ ਜ਼ਿੰਦਗੀ 'ਚ ਜਾਣ ਦੀ भी ਲੋੜ है। बहुत ਵਧੀਆ ਮੈਨੂੰ ਲੱਗਦਾ ਤੁਸੀਂ ਇੱਕ ਤਰੀਕਾ ਦੱਸਿਆ ਹੈਗਾ जी। मैं बिल्कुल ਉਹਦੇ ਤੇ ਵੀ ਆਵਾਂਗੀ ਕਿ ਸਾਡੀ ਜਿਹੜੀ अर्ज टू चैक अवर चाइल्ड जिहड़ा ਉਹਦੇ ਵੱਲ ਵੀ ਆਪਾਂ ਆਨੇ ਆ, पर उस तो ਪਹਿਲਾਂ ਇੱਕ ਹੋਰ ਅਹਿਮ ਚੀਜ਼ ਕਿ ਅਸੀਂ ਆਪਣੇ ਫਰਜ਼ ਕਰੋ ਹੋਰ ਕੁਝ ਵੀ ਨਹੀਂ ਤੁਸੀਂ ਕਰ ਸਕਦੇ ਤਾਂ ਤੁਹਾਡਾ ਕਮਰਾ ਰੀਡਿਜ਼ਾਈਨ ਕਰ ਸਕਦੇ ਹੋ ਤੇ ਮੈਂ ਆਹ ਤਸਵੀਰਾਂ ਬਦਲ ਕੇ ਨਵੀਆਂ ਲਿਆਵਾਂ, ਇੱਥੇ ਮੈਂ ਨਵੇਂ ਪੇਂਟ ਕਰਾ ਲਵਾਂ, ਮੈਂ ਪਰਦੇ ਬਦਲ ਲਵਾਂ, ਮੈਂ ਸ਼ੀਸ਼ਾ ਬਦਲਦਾ ਜਾਂ ਮੈਂ ਕੁਰਸੀ ਬਦਲ ਲਵਾਂ। ਸੋ ਇਹੋ ਜਿਹੀਆਂ ਚੀਜ਼ਾਂ ਕਲੀਨ ਬਦਲਨੇ ਇਹ ਇੰਨਾ ਕਿ ਤੁਹਾਨੂੰ ਆਪਣੇ ਘਰ 'ਚ ਇਨਵੋਲਵ ਕਰ ਦਿੰਦੇ ਨੇ ਕਿ ਤੁਹਾਨੂੰ ਸਾਰਾ ਕੁਝ ਨਵਾਂ ਖੁਸ਼ਨੁਮਾ ਉਹਦੇ ਵਿੱਚੋਂ ਹੀ ਤੁਹਾਨੂੰ ਕਮਾਲ ਦੀਆਂ ਅੰਦਰੋਂ ਤੁਹਾਨੂੰ ਯਾਨੀ ਮਿਲਦੀਆਂ ਨੇ ਜੋ ਵਾਈਬ੍ਰੇਸ਼ਨਸ ਉਹ ਇੰਨੀਆਂ ਕਮਾਲ ਦੀ ਤੁਹਾਡੇ ਅੰਦਰ ਤਬਦੀਲੀ ਲਿਆਉਂਦੀਆਂ ਨੇ ਜਿਹਦੇ 'ਚ ਤੁਸੀਂ ਹੈਰਾਨ ਹੀ ਹੋ ਜਾਓਗੇ ਕਿ ਕਿਹੜੀ ਡਿਪਰੈਸ਼ਨ ਤੇ ਕੀ ਮੈਂ ਸੋਚਦਾ ਸੀ ਤੇ ਆਹ ਕੀ ਬਣਿਆ। ਕਿਉਂਕਿ ਡਿਪਰੈਸ਼ਨ ਹੁੰਦੇ ਸਾਰ ਜੋ ਤੁਸੀਂ ਜਿਸ ਇਹੋ ਜਿਹੇ ਤਣਾਅ 'ਚ ਜਾਂਦੇ ਹੋ ਨਾ ਤੁਹਾਡੇ ਅੰਤੜੀਆਂ ਦੇ ਅੰਦਰ ਜੋ ਜੰਮੇ ਹੋਏ ਪਹਿਲਾਂ ਦੇ ਚੱਪੇ ਹੁੰਦੇ ਨੇ ਉਹ ਇੱਕਦਮ ਨਾੜੀ ਦੇ ਸੁੰਗੜਨ ਨਾਲ ਉਖੜ ਜਾਂਦੇ ਨੇ, ਤਰੇੜਾਂ ਪੈ ਜਾਂਦੀਆਂ। ਸੋ ਉਹ ਨੇ ਜਿਹੜੇ ਸਡਨ ਹਾਰਟ ਅਟੈਕ, ਸਡਨ ਪਾਸਾ ਮਰਿਆ, ਇੱਕਦਮ ਯਾਦਾਸ਼ਤ ਦਾ ਘਟਣ ਲੱਗ ਗਈ ਜੇ, ਨਜ਼ਰ ਘਟ ਗਈ ਜੇ, ਇਹੋ ਜਿਹੇ ਜਾਂ ਸ਼ੂਗਰ ਦੀ ਬਿਮਾਰੀ ਜੀ ਮੈਂ ਤਣਾਓ ਥੱਲੇ ਸੀ ਸ਼ੁਰੂ ਹੋ ਗਈ, ਸਾਰੀਆਂ ਚੀਜ਼ਾਂ ਉਸੇ ਸਦਕਾ ਹੀ ਨੇ। ਜਿਹੜੀ ਹੁਣ ਤੁਸੀਂ ਨੁਕਤਾ ਚੁੱਕਿਆ ਸੀ ਨਾ ਕਿ ਅਸੀਂ ਬਹੁਤ ਇੰਟਰਫੀਰੈਂਸ ਨਾ ਕਰੀਏ, ਇਹੀ ਹੁੰਦੀ ਜੇ ਇੱਕ ਆਖਰੀ ਨੁਕਤਾ ਕਿ ਅਸੀਂ ਆਪਣੇ ਅੰਦਰ ਇੱਕ ਜੋ ਉਛਲਦਾ ਫਿਰਦਾ ਨਾ ਅਰਜ ਵੀ ਮੈਂ ਆਪਣੇ ਉਹ ਜਿਵੇਂ ਪਹਿਲਾਂ ਹੈਲੀਕਾਪਟਰ ਪੇਰੈਂਟ ਸੀ ਮੈਂ ਹੁਣ ਉਹਨੂੰ ਵਾਰ-ਵਾਰ ਲਗਾਤਾਰ ਉਹਨੂੰ ਮੈਂ ਫੋਨ ਕਰਾਂ, ਮੈਂ ਉਹਨੂੰ ਵੱਖੋ ਵੱਖਰੇ ਯਾਨੀ ਰਾਹੀਂ ਭਾਵੇਂ ਢੰਗਾਂ ਰਾਹੀਂ ਜਿਹਦੇ ਵਿੱਚ ਤੁਸੀਂ ਉਹਦੇ ਕੋਈ ਯੂਟਿਊਬ ਤੇ ਚੜਿਆ ਹੋਇਆ ਜਾਂ ਤੁਸੀਂ ਉਹਦੇ ਫੇਸਬੁੱਕ ਤੇ ਜਾਣਾ, ਟਵਿੱਟਰ ਤੇ ਜਾਣਾ, ਯਾਨੀ ਇੰਸਟਾ ਤੇ ਜਾਣਾ, ਇਹ ਸਾਰਾ ਕੁਛ ਵੀ ਮੇਰਾ ਬੱਚਾ ਕਿੱਥੇ ਹੈ ਕੀ ਕਰ ਰਿਹਾ ਉਹਨੂੰ ਤਾੜ ਸਕਾਂ, ਉਹ ਆਹ ਠੀਕ ਨਹੀਂ। ਯਾਨੀ ਉਹ ਜਿਹੜੀ ਸਾਡੇ ਅੰਦਰ ਹਜੇ ਵੀ ਉਹ ਅੜੀ ਪਈ ਹੈ ਨਾ ਗਰਾਰੀ, ਇਸ ਗਰਾਰੀ ਨੂੰ ਹਰ ਹਾਲ ਵਿੱਚ ਛੱਡਣਾ ਹੈ। ਇਸ ਤਰ੍ਹਾਂ ਤੁਹਾਨੂੰ ਆਪਣੇ ਬਚਪਨ ਵੇਲੇ ਜੇ ਇਹ ਕੁਛ ਚੰਗਾ ਨਹੀਂ ਸੀ ਲੱਗਦਾ ਤੁਹਾਡੇ ਮਾਪਿਆਂ ਵੱਲੋਂ ਇੰਨੀ ਇੰਟਰਫੇਰੈਂਸ ਤੁਸੀਂ ਆਪ ਪਰੇ ਹੋਏ ਤਾਂ ਫਿਰ ਉਹਦੀ ਵੀ ਜ਼ਿੰਦਗੀ ਹੁਣ ਇਹ ਆ ਉਹ ਕਹਿੰਦਾ ਮੈਂ ਕਰ ਸਕਦਾ, ਕਰਨ ਦਿਓ, ਮੇਰੀ ਵੀ ਲਾਈਫ ਇਹੋ ਹੈ। ਬਿਲਕੁਲ ਜੀ। ਸੋ ਅਸੀਂ ਜੇ ਇਸ ਢੰਗ ਨਾਲ ਜ਼ਿੰਦਗੀ ਜੀਣਾ ਸ਼ੁਰੂ ਕਰ ਦਈਏ ਤਾਂ ਜਿਹਦੇ ਵਿੱਚ ਮੈਂ ਕਿਹਾ ਕਿ ਤੁਸੀਂ ਬਾਹਰ ਨਿਕਲੋ, ਘਰ ਦੇ ਵਿੱਚੋਂ ਨਿਕਲੋ, ਇੰਜੋਏ ਕਰੋ, ਇਕੱਠੇ ਅਸੀਂ ਘੁੰਮਣ ਜਾ ਰਹੇ ਹਾਂ, ਅਸੀਂ ਇਕੱਠੇ ਅੱਜ ਡੇਟਿੰਗ ਤੇ ਚੱਲੇ ਹਾਂ, ਅਸੀਂ ਅੱਜ ਦੋਵੇਂ ਜਣੇ ਹੁਣ ਬੱਚੇ ਪਰਾਂ ਨੇ, ਸਗੋਂ ਉਹ ਜਦੋਂ ਸ਼ੇਅਰ ਕਰੋਗੇ ਨਾ ਆਪਣੀਆਂ ਤਸਵੀਰਾਂ ਕਿ ਅੱਛਾ ਤੁਸੀਂ ਉੱਥੇ ਘੁੰਮ ਰਹੇ ਹੋ, ਆਹ ਦੇਖੋ ਅਸੀਂ ਕਿੱਡੀ ਸੋਹਣੀ ਚੀਜ਼ ਭਾਰਤ ਦੇ ਅੰਦਰ ਹੀ, ਆਹ ਦੇਖੋ ਕਿੰਨੀ ਕਮਾਲ ਦੀਆਂ ਚੀਜ਼ਾਂ ਦੇਖੀਆਂ, ਉਹ ਤੁਹਾਡੀ ਇੱਕ ਦੂਜੇ ਪ੍ਰਤੀ ਸਗੋਂ ਖਿੱਚ ਰੱਖਦੀ ਜੇ ਤੇ ਦੋਨਾਂ ਨੂੰ ਖੁਸ਼ੀ ਦਿੰਦੀ ਜੇ, ਸ਼ੁਕਰ ਹੈ ਸਾਡੇ ਮਾਪੇ ਖੁਸ਼ ਨੇ, ਉਹ ਕਹਿੰਦੇ ਨੇ ਸ਼ੁਕਰ ਹੈ ਸਾਡੇ ਬੱਚੇ ਖੁਸ਼ ਨੇ। ਸੋ ਇਹ ਸਗੋਂ ਤਾਂਗ ਆਪੋ ਵਿੱਚ ਮਿਲਾਉਂਦੀ ਜੇ ਜਿਹਦੇ ਨਾਲ ਬਾਹਰੋਂ ਬੱਚਾ ਵੀ ਖਿੱਚਿਆ ਤੁਰਿਆ ਆਉਂਦਾ ਵੀ ਮੇਰੇ ਮਾਪੇ ਸਿਰਫ ਮੇਰੇ ਟੋਕਾ ਟਕਾਈ ਨਹੀਂ ਕਰਦੇ ਸਗੋਂ ਮੇਰੀ ਹੱਲਾਸ਼ੇਰੀ ਕਰ ਰਹੇ ਨੇ, ਮੈਂ ਵਾਪਸ ਜ਼ਰੂਰ ਮਿਲਣ ਜਾਵਾਂ। ਸੋ ਏਦਾਂ ਦੀਆਂ ਚੀਜ਼ਾਂ ਜੇ ਅਸੀਂ ਜ਼ਿੰਦਗੀ 'ਚ ਤਬਦੀਲੀ ਕਰ ਲਈਏ ਤਾਂ ਬਹੁਤ ਸਾਰੀਆਂ ਜਵਾਨ ਮੌਤਾਂ ਅਜਾਈ ਨਹੀਂ ਜਾਣਗੀਆਂ। ਜੇ ਬੱਚੇ ਬਾਹਰ ਭੇਜੇ ਨੇ ਤਾਂ ਭਾਈ ਤੁਸੀਂ ਆਪ ਹੀ ਭੇਜੇ ਜਾਂ ਬੱਚੇ ਦੀ ਜ਼ਿੱਦ ਨਾਲ ਵੀ ਭੇਜੇ, ਪਰ ਉਹਦਾ ਇੱਕ ਪੋਜ਼ਿਟਿਵ ਵਿਊ ਜ਼ਰੂਰ ਲਓ ਕਿ ਸਾਡੇ ਮੁਲਕ ਵਿੱਚ ਇਹ ਐਮਪਟੀ ਨੈਸਟ ਸਿੰਡਰੋਮ ਜੋ ਪਹਿਲਾਂ ਬਾਹਰ ਵਾਲਿਆਂ ਨੇ ਲੰਘਾ ਲਿਆ 50 ਸਾਲ 100 ਸਾਲ ਪਹਿਲਾਂ ਉਹ ਕਰਦੇ ਸਨ, ਹੁਣ ਨਹੀਂ ਹਨ, ਤਾਂ ਅਸੀਂ ਵੀ ਟਪਾ ਲਈਏ ਇਸ ਨੂੰ। ਤੇ ਇੱਕ ਅਹਿਮ ਗੱਲ ਇਹਦੇ ਨਾਲ ਸ਼ਾਇਦ ਕੁੜੀਆਂ ਮਾਰੀਆਂ ਜਾਣੀਆਂ ਘਟਣਗੀਆਂ ਕਿਉਂਕਿ ਅਸੀਂ ਸ਼ਿਕੰਜਾ ਛੱਡਾਂਗੇ ਕਿ ਮੇਰਾ ਨਾਮ ਲੇਵਾ, ਮੇਰੀ ਜਦਾਦ, ਸੋ ਅਸੀਂ ਕਿਸੇ ਦਾ ਲਹੂ ਨਹੀਂ ਚੂਸਾਂਗੇ ਜਿੰਨੀ ਕਿ ਕਮਾਈ ਕੀਤੀ ਜਾਂ ਤਾਂ ਆਪਣੇ ਤੇ ਖਰਚ ਲਈ ਜਾਂ ਫਿਰ ਆਪ ਆਪਾਂ ਦੂਜਿਆਂ ਨੂੰ ਦੇ ਕੇ ਚਲੇ ਜਾਈਏ, ਦੂਜਿਆਂ ਤੇ ਖਰਚ ਦਈਏ ਨਾ ਕਿ ਮੇਰਾ ਪੁੱਤਰ ਅੱਗੋਂ ਸੰਭਾਲੇ ਫਿਰ ਉਹਦਾ ਪੁੱਤਰ ਫਿਰ ਅੱਗੇ ਫਿਰ ਉਸ ਤੋਂ ਅੱਗੇ। ਇਹ ਚੀਜ਼ ਨੂੰ ਠੱਲ ਪੈਣੀ ਹੁਣ ਜ਼ਰੂਰ ਚਾਹੀਦੀ। ਜੀ ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਸੋ ਬਹੁਤ ਜਿਹੜਾ ਵਧੀਆ ਇਹ ਗੱਲਾਂ ਤੁਸੀਂ ਦੱਸੀਆਂ ਨੇ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਮਤਲਬ ਮਨ ਦੇ ਨਾਲ ਜੁੜੀਆਂ ਹੁੰਦੀਆਂ ਨੇ, ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਖਾਸ ਕਰਕੇ ਆਪਾਂ ਲੋਕ ਆ ਜਿਹੜੇ ਉਹ ਬਿਮਾਰੀ ਹੀ ਨਹੀਂ ਮੰਨਦੇ, ਸਿੰਡਰੋਮ ਹੀ ਨਹੀਂ ਮੰਨਦੇ, ਉਹਨੂੰ ਕੋਈ ਰੋਗ ਹੀ ਨਹੀਂ ਮੰਨਦੇ ਹੈਗੇ। ਉਹ ਜਦੋਂ ਜਿਹੜੀ ਇਗਨੋਰੈਂਸ ਹੈ ਉਹ ਮੈਨੂੰ ਲੱਗਦਾ ਹੋਰ ਵੀ ਡੇਂਜਰਸ ਹੋ ਜਾਂਦੀ ਹੈ, ਖਤਰਨਾਕ ਹੋ ਜਾਂਦੀ ਹੈ ਤੇ ਮਨ ਦੀਆਂ ਬਿਮਾਰੀਆਂ ਨੂੰ ਮਨ ਨੇ ਹੀ ਠੀਕ ਕਰਨਾ ਹੁੰਦਾ। ਮੈਨੂੰ ਲੱਗਦਾ ਜੋ ਆਪਾਂ ਗੱਲਬਾਤ ਹੁਣ ਤੱਕ ਤੁਸੀਂ ਕੀਤੀ ਹੈ ਕਿ ਆਪਣੇ ਮਨ ਨੂੰ ਆਪਾਂ ਜਿਹੜੇ ਵਿਚਾਰ ਨੇ ਉਹਨਾਂ ਨੂੰ ਹੀ ਅਸੀਂ ਡਾਇਵਰਟ ਕਰਨਾ ਹੈਗਾ, ਆਪਣੇ ਆਪ ਇਲਾਜ ਹੋ ਜਾਣਾ। देखो जी गुरबाणी दा कहंदी है कि मन ही रोग पैदा करदा ते मन ही ठीक कर सकदा। तो बिल्कुल जे ए ना वेले सिर संभले ना तां मैं एक वार्निंग देण लगी हां। ए पंजाब बुजुर्ग घरां विच जिस तरीके तब्दील हो जाएगा ना वो छेती ही समा आ जाना। सो कोशिश करिए कि असीं बुजुर्ग घरां विच तड़े जाण नालों जिन्नी जिंदगी है जीवीए, क्योंकि ये सारा कुछ सानूं बहुत छेती भुलाउण वल जा रहा। साडा दिमाग सुंगड़ना शुरू हो चुका है। असीं 40 वरियां तो पहला ही सुन रहे हैं कि लोग आंदे ने बिल्कुल सानूं सब चीज़ां भुलण लग गईयां, नाम भुलण लग गए, समान रख के भुलण लग गए सब कुछ। तो ये चीज़ां हौली हौली साडे दिमाग दे सुंगड़न वाल इशारा करदियां ने। सो नवी जबान सीखो, नवीं होर चीज़ां सीखण लग जाइए तां इह सारियां चीज़ां नूं ठल पा सकदे हां ते लंमी सेहतमंद जिंदगी जी सकदे हां। बिल्कुल बिल्कुल। एक सब तो अहम गल जे आपां बिजी रखी अपने आप नूं, अजकल जिहड़ा हैगा बहुत ही सुखां वाले तरीके च असीं वध गए हां। अपने घरां दे विच जिन्ने भी रखे हुंदे ने काम वाले उन्हां नूं हटा के अपने आप काम करिए। जे कोई होर काम नहीं हैगा ते फिर बंदा अपने आप ही क्रिएटिव भी हो जांदा ते बिजी भी रहिंदा, फालतू चीज़ां सोचदा भी नहीं। सो डॉक्टर साहब बहुत बहुत धन्यवाद साडे नाल गलबात करन दे लई, अपना कीमती समां छुट्टी वाले दिन कड्ढण लई। हां जी, सुनिया नहीं दिता। खुश रहो, तंदुरुस्त रहो, आबाद रहो ते हमेशा हरचरण दा खिड़खिड़ांदा होया आसा सुनदे रहो तुहाडा भी। ठीक है डॉक्टर साहब, बहुत बहुत धन्यवाद। मैं कहंदी सी कि ऐतवार नूं तुसीं टाइम कड्ढदे हो, ओहदे लई तुहाडा खास तौर ते धन्यवाद। सत श्री अकाल।